ਹੈ ਸੋ ਇਸ ਵੇਲੇ ਦੀ ਹਾਜ਼ਰੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਲਵਾਈਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਇਨੀ ਦਿਨੀ ਰਾਗ ਮਲਾਰ ਮਹੱਲਾ ਪੰਜਵਾਂ। ਮਲਾਰ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਅਸ਼ਟਪਦੀਆਂ ਵਾਹਿਗੁਰੂ ਪੜਤਾਲ ਸਿਰਲੇਖ ਦੇ ਹੇਠ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹਾਂ, ਜਿਸ ਦੀ ਅੱਜ ਸੰਪੂਰਨਤਾ ਹੈ। ਅੱਗੇ ਇਸੇ ਹੀ ਰਾਗ ਦੇ ਵਿੱਚ ਅਸ਼ਟਪਦੀਆਂ ਬਾਣੀ ਦੀ ਸ਼ੁਰੂਆਤ ਹੋਵੇਗੀ। ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਇਸੇ ਤਰ੍ਹਾਂ ਅਸੀਂ ਇਸ ਮਹਾਨ ਖਜ਼ਾਨੇ ਤੋਂ ਲਾਹਾ ਪ੍ਰਾਪਤ ਕਰਦੇ ਰਹੀਏ, ਕਿਉਂਕਿ ਜੀਵਨ ਦੇ ਵਿੱਚ ਜੇ ਕੋਈ ਸਾਡੇ ਨਿਜ ਦੇ ਲਾਹੇਵੰਦ ਕੋਈ ਚੀਜ਼ ਹੈ, ਕੋਈ ਦਾਤ ਹੈ, ਤਾਂ ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਗੁਰੂ ਕੀ ਸਾਧ ਸੰਗਤ ਹੈ। ਬਾਕੀ ਦਾ ਜੋ ਕੁਛ ਵੀ ਸਾਨੂੰ ਮਿਲਦਾ ਹੈ, ਖਾਂਦੇ ਪੀਂਦੇ ਪਹਿਣਦੇ ਹੰਡਾਉਂਦੇ ਹਾਂ ਮਾਣਦੇ ਹਾਂ, ਇਹ ਪਰਾਲੋਕ ਦੇ ਅਨੁਸਾਰ ਸਾਰਿਆਂ ਨੂੰ ਪ੍ਰਾਪਤ ਹੁੰਦਾ ਰਹਿੰਦਾ, ਕੁਛ ਮਿਲਦਾ ਰਹਿੰਦਾ ਆ, ਕੁਛ ਖੁਸਦਾ ਰਹਿੰਦਾ। ਪਰ ਇਹ ਦਾਤ ਐਸੀ ਹੈ ਜੋ ਮਿਲਦੀ ਵਿਰਲਿਆਂ ਨੂੰ ਹੈ, ਜਿਹਨੂੰ ਮਿਲ ਜਾਂਦੀ ਆ ਉਹਦੇ ਕੋਲੋਂ ਖੁਸਦੀ ਨਹੀਂ। ਐਸਾ ਖਜ਼ਾਨਾ, ਐਸਾ ਨਾਮ ਦਾ ਧਨ, ਐਸੀ ਬੰਦਗੀ ਦੀ ਦਾਤ, ਐਸੀ ਦਰਗਾਹੀ ਦਾਤ ਜੋ ਜਿਹਦੀ ਝੋਲੀ 'ਚ ਇੱਕ ਵਾਰ ਪੈ ਜਾਵੇ ਉਹਦੇ ਕੋਲੋਂ ਇਸ ਦਾਤ ਨੂੰ ਕੋਈ ਫਿਰ ਖੋਹ ਨਹੀਂ ਸਕਦਾ। ਇਸ ਵਾਸਤੇ ਜਿਹੜੀ ਚੀਜ਼ ਸਾਡੇ ਕੋਲੋਂ ਕੋਈ ਖੋਹ ਨਾ ਸਕਦਾ ਹੋਵੇ ਉਹੀ ਅਸਲ ਲਾਹੇਵੰਦ ਹੁੰਦੀ ਹੈ। ਅਤੇ ਖਾਸ ਕਰਕੇ ਇਹ ਨਾਮ ਦਾ ਧਨ, ਨਾਮ ਰੂਪੀ ਖਜ਼ਾਨਾ ਸਾਡੇ ਹਰ ਥਾਂ 'ਤੇ ਕੰਮ ਆਉਣ ਵਾਲਾ, ਹਰ ਵਕਤ ਕੋਈ ਵੀ ਥਾਂ ਇਹੋ ਜਿਹੀ ਨਹੀਂ ਹੈ ਅਤੇ ਕੋਈ ਵੀ ਸਮਾਂ ਇਹੋ ਜਿਹਾ ਨਹੀਂ ਹੈ ਜਿੱਥੇ ਸਾਡੇ ਵਾਸਤੇ ਨਾਮ ਦਾ ਧਨ ਸਾਡੇ ਕੰਮ ਨਾ ਆਵੇ, ਦੂਸਰਾ ਧਨ ਕਿਤੇ ਕੰਮ ਆਉਂਦਾ ਕਿਤੇ ਨਹੀਂ ਆਉਂਦਾ। ਪਰ ਇਹ ਧਨ ਐਸਾ ਆ ਕਿ ਹਰ ਥਾਂ ਉੱਤੇ ਕੰਮ ਆਉਂਦਾ, ਇਸ ਕਰਕੇ ਇਹ ਦਾਤ ਦਰਗਾਹੀ ਦਾਤ ਹੈ। ਸਤਿਗੁਰੂ ਪਾਤਸ਼ਾਹ ਰਹਿਮ ਕਰਨ ਆਓ ਗੁਰੂ ਸਵਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਓ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪੰਜਵਾਂ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ,
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ ਅੰਧਕੂਪ ਮਹਾਂਭਿਆਨ ਨਾਨਕ ਪਾਰ ਉਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ ਇਹ ਸ਼ਬਦ ਦੇ ਰਹਾਉ ਵਾਲੇ ਬੰਦ ਨੇ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਸ਼ਬਦ ਭਾਵੇਂ ਆਕਾਰ ਵਿੱਚ ਛੋਟਾ ਹੈ ਪਰ ਇਹਦੀ ਵਿਚਾਰ ਇਹਦੀ ਵਿਆਖਿਆ ਬਹੁਤ ਵਿਸ਼ਾਲ ਹੈ। ਗੁਰਬਾਣੀ ਦਾ ਹਰ ਸ਼ਬਦ ਬਹੁਤ ਬੇਸ਼ਕੀਮਤੀ ਹੈ ਅਤੇ ਬੇਅੰਤ ਉਪਮਾ ਅਪਾਰ ਮਹਿਮਾ ਹਰ ਇੱਕ ਸ਼ਬਦ ਦੀ ਸਤਿਗੁਰੂ ਪਾਤਸ਼ਾਹੀ ਨੇ ਦਰਸਾਈ ਹੋਈ ਹੈ। ਕਿਸੇ ਇੱਕ ਅੱਖਰ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਜਿੱਥੇ ਗੱਲ ਆ ਜਾਂਦੀ ਹੈ ਜਿਵੇਂ ਪਹਿਲੇ ਰਹਾਉ ਵਾਲੇ ਬੰਦ ਵਿੱਚ ਜਿਤਨੇ ਵੀ ਸ਼ਬਦ ਨੇ ਇਹ ਸਾਰੇ ਪਰਮਾਤਮਾ ਦੇ ਲਖਾਇਕ ਨੇ, ਭਾਵ ਰੱਬ ਜੀ ਦੇ ਨਾਮ ਨੇ ਜਿਨ੍ਹਾਂ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੱਬ ਜੀ ਨੂੰ ਪਰਮਾਤਮਾ ਨੂੰ ਸੰਬੋਧਨ ਕੀਤਾ ਹੋਇਆ। ਸੋ ਇਸ ਨਾਤੇ ਗੁਰਬਾਣੀ ਬਹੁਤ ਬੇਸ਼ਕੀਮਤੀ ਹੈ, ਅਥਾਹ ਸਾਗਰ ਹੈ ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਹੀ ਸਤਿਗੁਰੂ ਪਾਤਸ਼ਾਹ ਨਾਮ ਦੇ ਪਰਥਾਏ, ਬਾਣੀ ਦੇ ਪਰਥਾਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਬੰਦਗੀ ਕਰਨ ਵਾਲਿਆਂ ਵਾਸਤੇ ਇੱਕ ਬਹੁਤ ਹੀ ਉਤਸ਼ਾਹ ਭਰਿਆ ਬਚਨ ਬਖਸ਼ਿਸ਼ ਕਰਦੇ ਆ ਕਿ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਣਕਾ, ਕਿਣਕਾ ਕਿੰਨਾ ਹੁੰਦਾ? ਇੱਕ ਕਿਣਕਾ ਵੀ ਜੇ ਆਪਣੀ ਜੀਵ 'ਚ ਬਾਣੀ ਨੂੰ ਕੋਈ ਵਸਾ ਲਏ, ਨਾਮ ਨੂੰ ਕੋਈ ਵਸਾ ਲਵੇ ਨਾ, ਤਾਂ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਇਤਨਾ ਮਹਾਨ ਖਜ਼ਾਨਾ। ਸੋ ਇਸ ਸ਼ਬਦ ਦੇ ਆਰੰਭ ਵਿੱਚ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਤੋਂ ਭਾਵ ਹੈ ਜਿਵੇਂ ਆਪਾਂ ਸਤਿਕਾਰ ਦੇ ਨਾਲ ਸਮਰਪਣ ਦੀ ਭਾਵਨਾ ਦੇ ਨਾਲ ਕਿਸੇ ਨੂੰ ਸੰਬੋਧਨ ਕਰੀਏ, ਜਿਵੇਂ ਆਪਾਂ ਆਪਣੀ ਬੋਲਬਾਣੀ ਦੇ ਵਿੱਚ ਜੇ ਕਿਸੇ ਨੂੰ ਅਦਬ ਸਤਿਕਾਰ ਦੇਣਾ ਹੋਵੇ ਤਾਂ ਜੀ ਕਹਿ ਕੇ ਗੱਲ ਕਰਦੇ ਹਾਂ, ਜਾਂ ਤੁਸੀਂ ਜਾਂ ਆਪ
ਐਸੇ ਸ਼ਬਦਾਂ ਦੀ ਐਸੇ ਲਫਜ਼ਾਂ ਦੀ ਖੋਜ ਕਰਦੇ ਹਾਂ ਜਿੱਥੇ ਰੱਬ ਦੀ ਪਰਮਾਤਮਾ ਦੀ ਉਸ ਦੀ ਗੱਲ ਆਉਂਦੀ ਹੈ ਉੱਥੇ ਹੇ ਲਫਜ਼ ਤੋਂ ਭਾਵ ਵੀ ਐਸਾ ਹੀ ਹੈ ਕਿ ਅਸੀਂ ਅੰਤਹਿਕਰਨ ਤੋਂ ਤੁਹਾਡਾ ਅਦਬ ਕਰਦੇ ਹਾਂ ਤੁਹਾਨੂੰ ਵੱਡਾ ਮੰਨਦੇ ਹਾਂ ਇਸ ਕਰਕੇ ਤੁਸੀਂ ਸ਼ਬਦਾਂ ਦੇ ਦੁਆਰਾ ਵੀ ਸਾਡੇ ਵਾਸਤੇ ਮਹਿਮਾ ਕਰਨ ਗੋਚਰੇ ਹੋ ਤੁਹਾਡੀ ਉਪਮਾ ਕਰਨ ਵਾਸਤੇ ਜਿਤਨੇ ਵੀ ਵੱਧ ਤੋਂ ਵੱਧ ਸਤਿਕਾਰ ਵਾਲੇ ਲਫਜ਼ ਅਸੀਂ ਬੋਲ ਸਕੀਏ ਉਤਨੇ ਹੀ ਥੋੜ੍ਹੇ ਨੇ ਭਾਵ ਜਦੋਂ ਗੁਰੂ ਸਾਹਿਬਾਨ ਦਾ ਨਾਮ ਲੈਣਾ ਜਾਂ ਪਰਮਾਤਮਾ ਦਾ ਨਾਮ ਲੈਣਾ ਹੈ ਰੱਬ ਦੇ ਪਿਆਰਿਆਂ ਦਾ ਨਾਮ ਲੈਣਾ ਹੈ ਤਾਂ ਪੂਰੇ ਅਦਬ ਸਤਿਕਾਰ ਦੇ ਨਾਲ ਲੈਣਾ ਚਾਹੀਦਾ ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਹੇ ਗੋਬਿੰਦ ਗੋ ਤੋਂ ਭਾਵ ਹੈ ਧਰਤੀ ਅਤੇ ਬਿੰਦ ਤੋਂ ਭਾਵ ਹੈ ਪੈਦਾ ਕਰਨ ਵਾਲਾ ਜਿਹਦੇ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹੇ ਗੋਬਿੰਦ ਹੇ ਸ੍ਰਿਸ਼ਟੀ ਦੇ ਰਚੇਤਾ ਹੇ ਕਰਤਾ ਪੁਰਖ ਹੇ ਸਾਨੂੰ ਪੈਦਾ ਕਰਨ ਵਾਲੇ ਹੇ ਸਾਡੀ ਘਾਟ ਘੜਨ ਵਾਲੇ ਮੁਕਾਬਲਾ ਮਾਲਕਾ ਹੇ ਗੋਬਿੰਦ ਹੇ ਗੋਪਾਲ ਗੋ ਤੋਂ ਫਿਰ ਧਰਤੀ ਅਤੇ ਪਾਲ ਤੋਂ ਭਾਵ ਪਾਲਣਾ ਕਰਨ ਵਾਲੇ ਪਰਵਰਿਸ਼ ਕਰਨ ਵਾਲੇ ਹੇ ਪੈਦਾ ਕਰਕੇ ਸਾਨੂੰ ਪਾਲਣਹਾਰੇ ਪਰਮਾਤਮਾ ਸਾਡੀ ਪਰਵਰਿਸ਼ ਕਰਨ ਵਾਲੇ ਸੰਭਾਲ ਕਰਨ ਵਾਲੇ ਪਰਮਾਤਮਾ ਕਿਉਂਕਿ ਮਿਥਿਹਾਸ ਵਿੱਚ ਤਿੰਨ ਦੇਵਤਿਆਂ ਦੀ ਗੱਲ ਆਉਂਦੀ ਹੈ ਕਿ ਇੱਕ ਪੈਦਾ ਕਰਦਾ ਆ ਇੱਕ ਪਾਲਣਾ ਕਰਦਾ ਅਤੇ ਇੱਕ ਸੰਘਾਰ ਕਰਦਾ ਭਾਵ ਮੌਤ ਦਾ ਦੇਵਤਾ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਗੁਰਬਾਣੀ ਵਿੱਚ ਇੱਕ ਓਅੰਕਾਰ ਨੂੰ ਇੱਕ ਅਦੁੱਤੀ ਬ੍ਰਹਮ ਨੂੰ ਇੱਕ ਬ੍ਰਹਮ ਨੂੰ ਹੀ ਸਾਰੇ ਕੁਛ ਦਾ ਕਰਤਾ ਮੰਨਿਆ ਗਿਆ ਪੈਦਾ ਕਰਨ ਵਾਲਾ ਵੀ ਉਹ ਹੈ ਪਾਲਣਾ ਕਰਨ ਵਾਲਾ ਵੀ ਉਹ ਹੈ ਅਤੇ ਸਾਡਾ ਸੰਘਾਰ ਕਰਨ ਵਾਲਾ ਸਾਡੇ ਅੰਤ ਦਾ ਮਾਲਕ ਵੀ ਉਹ ਹੈ ਭਾਵ ਹਰ ਇੱਕ ਪੱਖ ਤੋਂ ਅਸੀਂ ਰੱਬ ਜੀ ਨੂੰ ਆਪਣਾ ਕਰਤਾ ਮੰਨ ਕੇ ਚੱਲੀਏ ਕਿ ਜੇ ਉਹਨੇ ਸਾਨੂੰ ਪੈਦਾ ਕੀਤਾ ਹੈ ਤਾਂ ਅਸੀਂ ਜੋ ਕੁਛ ਵੀ ਸਾਨੂੰ ਮਿਲ ਰਿਹਾ ਖਾ ਪੀ ਭੋਗ ਹੰਢਾ ਰਹੇ ਹਾਂ ਮਾਣ ਰਹੇ ਹਾਂ ਇਹ ਵੀ ਉਹੀ ਦੇ ਰਿਹਾ ਜਿਹਨੇ ਸਾਨੂੰ ਪੈਦਾ ਕੀਤਾ ਜਦੋਂ ਸਾਡੇ ਅੰਦਰ ਇਹ ਭਾਵਨਾ ਆਵੇਗੀ ਤਾਂ ਹੀ ਇਹ ਵਚਨ ਜੋ ਆਪਾਂ ਸਰਵਣ ਕਰ ਰਹੇ ਹਾਂ ਉਹਨਾਂ ਨੂੰ ਮੰਨਣ ਵਾਲੇ ਹੋਵਾਂਗੇ ਪਰਮਾਤਮਾ ਨੂੰ ਰੱਬ ਨੂੰ ਜਿੱਥੇ ਗੋਬਿੰਦ ਕਰਕੇ ਮੰਨਣਾ ਭਾਵ ਆਪਣਾ ਕਰਤਾ ਪੈਦਾ ਕਰਨ ਵਾਲਾ ਇੱਥੇ ਹੀ ਗੋਪਾਲ ਭਾਵ ਸਾਡੀ ਪਰਵਰਿਸ਼ ਕਰਨ ਵਾਲਾ ਸਾਡੀ ਸੰਭਾਲ ਕਰਨ ਵਾਲਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਦਿਆਲ ਤੋਂ ਭਾਵ ਹੈ ਦਿਆਲੂ ਪਰਮਾਤਮਾ ਤਰਸ ਕਰਨ ਵਾਲਾ ਪਰਮਾਤਮਾ ਜੇ ਰੱਬ ਦਇਆ ਦਾ ਘਰ ਨਾ ਹੋਵੇ ਦਿਆਲੂ ਨਾ ਹੋਵੇ ਰੱਬ ਕਰੂਰ ਹੋਵੇ ਨਿਰਦਈ ਹੋਵੇ ਤਾਂ ਫਿਰ ਅਸੀਂ ਜੀਵ ਕਦੇ ਵੀ ਬਖਸ਼ੇ ਨਹੀਂ ਜਾ ਸਕਦੇ ਜੇ ਉਹ ਤਰਸ ਨਾ ਕਰਦਾ ਹੋਵੇ ਪਰ ਉਹ ਸਾਡੇ 'ਤੇ ਤਰਸ ਕਰਦਾ ਆ ਦਿਆਲੂ ਹੋਣ ਦੇ ਕਾਰਨ ਆਪਣਾ ਦਿਆਲਤਾ ਵਾਲਾ ਸੁਭਾਅ ਨਹੀਂ ਤਿਆਗਦਾ
ਅਸੀਂ ਜਿਤਨੀਆਂ ਮਰਜ਼ੀ ਉਕਾਈਆਂ ਕਰੀਏ, ਫੁੱਲਾਂ ਕਰੀਏ, ਉਹ ਫਿਰ ਸਾਡੇ 'ਤੇ ਤਰਸ ਕਰ ਲੈਂਦਾ ਅਤੇ ਸਾਨੂੰ ਫਿਰ ਬਖਸ਼ ਲੈਂਦਾ। ਇਸ ਕਰਕੇ ਹੇ ਦਇਆਲ ਕਹਿਣਾ ਬਣਦਾ ਹੈ ਤਾਂ ਉਹ ਵੀ ਰੱਬ ਜੀ ਨੂੰ ਕਹਿਣਾ ਬਣਦਾ, ਕਿਉਂਕਿ ਉਹ ਵਾਕਿਆ ਦਇਆ ਦਾ ਸਾਗਰ ਹੈ, ਦਿਆਲਤਾ ਦੇ ਨਾਲ ਭਰਿਆ ਹੋਇਆ। ਅਤੇ ਹਰ ਵੇਲੇ ਦਇਆ ਕਰਨ ਵਾਲਾ, ਉਹ ਕਦੇ ਕਰੂਰਤਾ ਵਾਲੇ ਸੁਭਾਅ ਵਿੱਚ ਨਹੀਂ ਵਿਚਰਦਾ, ਭਾਵ ਉਹਨੂੰ ਕਦੇ ਕ੍ਰੋਧ ਨਹੀਂ ਆਉਂਦਾ। ਉਹ ਹਮੇਸ਼ਾ ਹੀ ਜੀਆਂ ਨੂੰ ਦਇਆ ਦੀ ਨਜ਼ਰ ਦੇ ਨਾਲ ਹੀ ਤੱਕਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਕਿ ਹੇ ਦਇਆਲ, ਹੇ ਦਇਆ ਕਰਨ ਵਾਲੇ, ਦਇਆ ਦੇ ਘਰ ਪਰਮਾਤਮਾ, ਲਾਲ, ਲਾਲ ਤੋਂ ਭਾਵ ਹੈ ਸੋਹਣਾ, ਸੁੰਦਰ, ਪਿਆਰਾ। ਜਿੱਦਾਂ ਮਾਂ ਆਪਣੇ ਪੁੱਤਰ ਨੂੰ ਲਾਲ ਜੀ ਕਰਦੀ ਹੈ ਨਾ, ਇੱਦਾਂ ਹੀ ਪਰਮਾਤਮਾ ਦੇ ਪਿਆਰਿਆਂ ਵਾਸਤੇ ਰੱਬ ਪਿਆਰਾ ਹੈ। ਰੱਬ ਦੇ ਪਿਆਰੇ ਰੱਬ ਨਾਲ ਪਿਆਰ ਕਰਦੇ ਆ ਅਤੇ ਰੱਬ ਨੂੰ ਲਾਲ ਜੀ ਕਹਿ ਕੇ ਵੀ ਬੁਲਾਉਂਦੇ ਆ, ਹੇ ਦਇਆਲ ਲਾਲ, ਇਹ ਸਾਡੇ ਪਿਆਰੇ ਪਰਮਾਤਮਾ। ਗੁਰਬਾਣੀ ਦੇ ਵਚਨ ਨੇ ਕਲਿਆਣ ਮਹੱਲਾ ਪੰਜਵਾਂ ਦੇ ਵਿੱਚ ਹੀ, ਇਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਸ਼ਬਦ ਹੈ। ਸਤਿਗੁਰੂ ਕਹਿੰਦੇ ਆ ਕਿ ਮੇਰੇ ਲਾਲਨ ਕੀ ਸੋਭਾ, ਲਾਲਨ ਤੋਂ ਭਾਵ ਵੀ ਪਿਆਰੇ ਪਰਮਾਤਮਾ ਦੀ ਸੋਭਾ, ਭਾਵ ਵਡਿਆਈ, ਉਸਤਤ। ਸਤਿਗੁਰੂ ਕਹਿੰਦੇ ਆ ਕਿਉਂ ਮੈਂ ਤੁਹਾਨੂੰ ਉਹ ਸੋਭਾ ਦੇ ਬਾਰੇ ਦੱਸਾਂ ਕਿ ਮੇਰੇ ਲਾਲਨ ਕੀ, ਭਾਵ ਸੋਹਣੇ ਲਾਲ ਪਿਆਰੇ ਮੇਰੇ ਸੋਹਣੇ ਪਰਮਾਤਮਾ ਦੀ ਉਸਤਤ ਕਿਹੋ ਜਿਹੀ ਹੈ ਅਤੇ ਕਿੱਦਾਂ ਕਰਨੀ ਚਾਹੀਦੀ। ਗੁਰਦੇਵ ਬਖਸ਼ਿਸ਼ ਕਰਦੇ ਨੇ, ਮੇਰੇ ਲਾਲਨ ਕੀ ਸੋਭਾ ਸਦ ਨਵਤਨ, ਸਦਾ ਨਵੀਂ, ਸਦਾ ਮਨ ਨੂੰ ਖਿੱਚ ਪਾਉਣ ਵਾਲੀ। ਜਿਵੇਂ ਅਕਸਰ ਹੀ ਆਪਾਂ ਇਸ ਗੱਲ ਨੂੰ ਮਹਿਸੂਸ ਕਰਦੇ, ਜ਼ਿਕਰ ਵੀ ਅਕਸਰ ਕਰੀਦਾ ਆ ਕਿ ਆਪਾਂ ਰੋਜ਼ ਗੁਰੂ ਕੀਆਂ ਵਿਚਾਰਾਂ ਸਰਵਣ ਕਰਦੇ ਹਾਂ, ਇਕੱਲੇ ਇੱਥੋਂ ਹੀ ਨਹੀਂ, ਟੀ ਵੀ ਦੇ ਮਾਧਿਅਮ ਰਾਹੀਂ ਵੀ ਵੱਖ ਵੱਖ ਚੈਨਲਾਂ ਤੋਂ ਕਥਾ ਆ ਰਹੀ ਹੁੰਦੀ, ਵਿਚਾਰ ਆ ਰਹੀ ਹੁੰਦੀ ਹੈ। ਕਈ ਵਾਰ ਸੰਯੋਗ ਵੱਸ ਇੱਕ ਤੋਂ ਵੱਧ ਥਾਵਾਂ 'ਤੇ ਆਪਾਂ ਇੱਕ ਇੱਕ ਕਿਸਮ ਦੀ ਵਿਚਾਰ ਵੀ ਸਰਵਣ ਕਰਦੇ ਹਾਂ, ਇੱਕੇ ਸ਼ਬਦ ਦੀ ਵਿਚਾਰ, ਪਰ ਉਹ ਵਿਚਾਰ ਕਰਨ ਦਾ ਤਰੀਕਾ ਅਤੇ ਵਿਚਾਰ ਕਰਨ ਵਾਸਤੇ ਵਿਚਾਰਵਾਨ ਜੋ ਅੱਖਰ ਵਰਤਦਾ, ਵਿਚਾਰ ਦਾ ਭੰਡਾਰਾ, ਉਹ ਹਰ ਥਾਂ 'ਤੇ ਇੱਕੋ ਜਿਹਾ ਨਹੀਂ ਹੁੰਦਾ। ਕੋਈ ਕਿਸੇ ਤਰੀਕੇ ਦੇ ਨਾਲ ਉਸਤਤ ਕਰ ਰਿਹਾ, ਕੋਈ ਕਿਸੇ ਤਰੀਕੇ ਨਾਲ ਉਸਤਤ ਕਰ ਰਿਹਾ। ਜਿਵੇਂ ਗੁਰਦੇਵ ਪਾਤਸ਼ਾਹ ਕਹਿੰਦੇ ਆ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਜਿੱਦਾਂ ਦੀ ਕਿਸੇ ਦੀ ਅਕਲ ਹੈ, ਜਿੱਦਾਂ ਦੀ ਕਿਸੇ ਦੀ ਬੁੱਧ ਹੈ, ਉਦਾਂ ਦਾ ਹੀ ਇਹ ਮਾਲਕ ਤੇਰਾ ਕੋਈ ਵਰਣਨ ਕਰ ਦਿੰਦਾ। ਹੁਣ ਸਮੁੰਦਰ ਸਾਗਰ ਦੇ ਉੱਤੇ ਕੋਈ ਕਿਨਾਰੇ ਤੋਂ ਹੋ ਕੇ ਮੁੜ ਆਉਂਦਾ ਵਾ, ਉਹ ਉੱਥੇ ਵੇਖ ਆਉਂਦਾ ਆ ਸਿੱਪੀਆਂ, ਘੋਗੇ ਆਦਿ। ਜੇ ਕੋਈ ਥੋੜ੍ਹਾ ਜਿਹਾ ਹੋਰ ਗਾਂ ਤਹਿ ਤੱਕ ਚਲਿਆ ਜਾਊਗਾ ਤਾਂ ਉਹਦੇ ਹੱਥ ਵਿੱਚ ਸੁੱਚੇ ਮੋਤੀ ਵੀ ਆ ਸਕਦੇ ਆ। ਜੇ ਕੋਈ ਜ਼ਿਆਦਾ ਗਹਿਰਾਈ ਚਲਿਆ ਜਾਵੇ ਤਾਂ ਸਮੁੰਦਰ ਦੇ ਥੱਲੇ ਵੀ ਬਹੁਤ ਕਿਸਮ ਦਾ ਧਨ ਆ, ਉਹ ਵੀ ਖੋਜ ਲਿਆਉਂਦਾ। ਦੂਸਰਾ, ਕੋਈ ਪਾਣੀ ਦੇ ਵੱਡੇ ਸਰੋਤ ਦੇ ਨੇੜੇ ਜਾਵੇ, ਕਿਸੇ ਕੋਲ ਗਲਾਸ ਹੈ, ਕਿਸੇ ਕੋਲ ਛੰਨਾ ਹੈ, ਕਿਸੇ ਕੋਲ ਬਾਲਟੀ ਹੈ, ਜਿੰਨਾ ਕਿਸੇ ਕੋਲ ਬਰਤਨ ਪਾਤਰ ਵੱਡਾ ਆ, ਓਨਾ ਹੀ ਉਹਦੇ ਵਿੱਚ ਉਹ ਜਲ ਪਾ ਸਕਦਾ। ਇਸੇ ਤਰ੍ਹਾਂ ਜਿੰਨੀ ਕਿਸੇ ਦੀ ਮੱਤ ਵਿਕਸਿਤ ਹੋਈ ਹੈ,
ਉਨਾ ਹੀ ਉਹ ਪਰਮਾਤਮਾ ਦੇ ਬਾਰੇ ਵਿਸਥਾਰ ਕਰ ਸਕਦਾ। ਅਤੇ ਜੇ ਇਹਦੀ ਵਿਸ਼ਾਲਤਾ ਵੱਲ ਜਾਣਾ ਹੋਵੇ, ਕੋਈ ਆਖੇ ਕਿ ਮੈਂ ਵੱਧ ਤੋਂ ਵੱਧ ਆਪਣੀ ਮਤ ਦਾ ਵਿਕਾਸ ਕਰਕੇ ਆਪਣੇ ਵਿੱਚ ਸਮਰੱਥਾ ਲਿਆ ਕੇ ਅਤੇ ਫਿਰ ਪਰਮਾਤਮਾ ਦੀ ਉਸਤਤ ਕਰਾਂਗਾ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਖਾਲਸੇ ਦੀ ਉਸਤਤ ਕਰਦੇ ਆ ਨਾ, ਤਾਂ ਕਹਿੰਦੇ ਨੇ ਕਿ ਰੋਮ ਰੋਮ ਵੀ ਰਸਨਾ ਬਣ ਜਾਵੇ ਨਾ ਮੇਰੀ, ਤਾਂ ਵੀ ਮੈਂ ਪਰਮਾਤਮਾ ਦੀ ਮੌਜ ਨਾਲ ਰਚੇ ਹੋਏ ਖਾਲਸੇ ਦੀ ਉਸਤਤ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ। ਅਤੇ ਇੱਕ ਅੰਦਾਜ਼ੇ ਦੇ ਮੁਤਾਬਕ ਇੱਕ ਇਨਸਾਨ ਦੇ ਸਰੀਰ ਉੱਤੇ 3.5 ਕਰੋੜ ਤੋਂ ਉੱਪਰ ਰੋਮ ਨੇ, ਭਾਵ ਇੱਕ ਇਨਸਾਨ ਦੀ ਕਰੋੜਾਂ ਹੀ ਰਸਨਾ ਬਣ ਜਾਣ ਜਿਤਨੇ ਵੀ ਰੋਮ ਨੇ, ਇਹ ਸਾਰੇ ਹੀ ਉਹਦੀ ਜ਼ਬਾਨ ਉਹਦੀ ਰਸਨਾ ਬਣ ਜਾਣ, ਫਿਰ ਵੀ ਉਸਤਤ ਸੰਪੂਰਨ ਰੂਪ ਵਿੱਚ ਨਹੀਂ ਕੋਈ ਦਾਅਵਾ ਕਰ ਸਕਦਾ ਕਿ ਮੈਂ ਉਹਦੀ ਉਸਤਤ ਕਰ ਲਈ ਹੈ। ਅੱਜ ਬੜੇ ਦਾਅਵੇਦਾਰ ਫਿਰਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ ਰੱਬ ਦਾ ਅੰਤ ਪਾ ਲਿਆ, ਅਸੀਂ ਬਿਆਨ ਕਰ ਸਕਦੇ ਹਾਂ। ਫਿਰ ਜੇ ਸਤਿਗੁਰੂ ਪਾਤਸ਼ਾਹ ਇਤਨੀ ਵੱਡੀ ਸਮਰੱਥਾ ਦੇ ਮਾਲਕ, ਜਿਹੜੇ ਪਰਮਾਤਮਾ ਦਾ ਹੀ ਰੂਪ ਨੇ, ਜੇ ਉਹ ਕਹਿ ਰਹੇ ਆ ਕਿ ਰੋਮ ਰੋਮ ਵੀ ਰਸਨਾ ਬਣ ਜਾਵੇ, ਤਾਂ ਵੀ ਉਹਦੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ। ਜਾਂ ਜਿਵੇਂ ਆਪਾਂ ਅਕਸਰ ਇੱਕ ਵਚਨ ਪੜ੍ਹਦੇ ਹੁੰਦੇ ਹਾਂ, ਇੱਕ ਦੂਜੀ ਬੋਂ ਲੱਖ ਹੋ ਹੈ, ਲੱਖ ਹੋ ਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਇਤਨੀਆਂ ਜੀਭਾਂ ਹੋ ਜਾਣ, ਇੱਕ ਤੋਂ 1 ਲੱਖ ਹੋ ਜਾਵੇ, 1 ਲੱਖ ਤੋਂ 20 ਲੱਖ ਹੋ ਜਾਵੇ, 20 ਲੱਖ ਤੋਂ ਲੱਖਾਂ ਵਾਰੀ ਪਰਮੇਸ਼ਰ ਦਾ ਨਾਮ ਕੋਈ ਉਚਾਰਨ ਕਰੇ, ਤਾਂ ਵੀ ਉਹਦਾ ਇਹ ਨਹੀਂ ਕਹਿ ਸਕਦਾ ਕੋਈ ਕਿ ਮੈਂ ਇਤਨੀਆਂ ਰਸਨਾ ਤੋਂ ਜਪ ਕੇ ਉਹਦਾ ਅੰਤ ਪਾ ਲਿਆ। ਸ਼ੇਸ਼ਨਾਗ ਦੇ ਬਾਰੇ ਮਿਥਿਹਾਸ ਦੀਆਂ ਸਾਖੀਆਂ ਪ੍ਰਚਲਿਤ ਨੇ, 1000 ਫਰਨਾ ਵਾਲਾ ਸੱਪ ਕਹਿੰਦੇ ਆ। ਉਹ ਕਹਿੰਦੇ ਆ ਕਿ ਹਰ ਰਸਨਾ ਤੋਂ ਨਿੱਤ ਨਵਾਂ ਨਾਮ ਜਪਦਾ ਪਰਮਾਤਮਾ ਦਾ, 1000 ਫਰਨਾ ਤੋਂ, ਹਰ ਇੱਕ ਫਨ ਤੋਂ, ਹਰ ਇੱਕ ਮੂੰਹ ਤੋਂ ਜਿੰਨੀ ਵਾਰ ਜਪਦਾ ਹੈ ਨਾ, 1 ਵਾਰ ਜਪਿਆ ਨਾਮ ਹੋਰ ਹੈ, ਅਗਲੀ ਵਾਰ ਜਪਿਆ ਨਾਮ ਹੋਰ ਹੈ, ਭਾਵ 1000 ਰਸਨਾ ਅਤੇ ਹਰ ਵਾਰ ਨਵੇਂ 1000 ਨਾਮ। ਕਹਿੰਦੇ ਨੇ ਕਿ ਇਹ ਕਰਕੇ ਵੀ ਉਹ ਅੰਤ ਨਹੀਂ ਪਾ ਸਕੇ। ਇਸ ਕਰਕੇ ਨਵਤਨ ਸੋਭਾ, ਸਦ ਨਵਤਨ, ਭਾਵ ਸਦਾ ਨਵੀਂ ਸੋਭਾ, ਇਹ ਸੋਭਾ ਨਾ ਤਾਂ ਕਦੇ ਪੁਰਾਣੀ ਹੁੰਦੀ ਹੈ। ਅਤੇ ਇਹਦੀ ਜਿਤਨੀ ਵੀ ਰੂਪ ਬਦਲ ਬਦਲ ਕੇ ਕੋਈ ਸੋਭਾ ਕਰੇ ਰੱਬ ਜੀ ਦੀ, ਪਰਮਾਤਮਾ ਦੀ, ਇਹਦਾ ਅੰਤ ਵੀ ਨਹੀਂ ਪੈ ਸਕਦਾ। ਕੋਈ ਇਹ ਨਹੀਂ ਕਹਿ ਸਕਦਾ ਕਿ ਹੁਣ ਬਸ ਇਹਦੇ ਤੋਂ ਅੱਗੇ ਪਰਮਾਤਮਾ ਦੇ ਨਾਮ ਨਹੀਂ ਹੈ, ਰੱਬ ਜੀ ਦੇ ਨਾਮ ਇਹਦੇ ਤੋਂ ਅੱਗੇ ਖਤਮ ਨੇ, ਕਿਉਂਕਿ ਜਿਹੜਾ ਹੈ ਹੀ ਅਸੀਮ, ਸੀਮਾ ਤੋਂ ਬਾਹਰ ਆ, ਉਹਦਾ ਕੋਈ ਅੰਤ ਕਿਵੇਂ ਪਾ ਸਕਦਾ। ਕਹਿੰਦੇ ਨੇ ਸਦ ਨਵਤਨ ਮਨ ਰੰਗੀ ਸੋਭਾ, ਮਨ ਨੂੰ ਨਾਮ ਦਾ ਰੰਗ ਦੇਣ ਵਾਲੀ ਸੋਭਾ ਆ ਪਰਮਾਤਮਾ ਦੀ। ਜਿਹੜਾ ਵੀ ਉਹਦੀ ਉਸਤਤ ਕਰੇਗਾ ਉਹਦਾ ਨਾਮ, ਮਨ ਵਿੱਚ ਨਾਮ ਰੰਗਿਆ ਜਾਵੇਗਾ, ਰਹਾ ਉਹਦਾ ਵਿਸ਼ਰਾਮ ਦੇ ਕੇ। ਕਹਿੰਦੇ ਆ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ। ਕਹਿੰਦੇ ਨੇ ਕਿ ਭਾਵੇਂ ਬ੍ਰਹਮਾ ਹੋਵੇ, ਮਹੇਸ਼ਰ ਹੋਵੇ, ਸਿੱਧ ਹੋਣ, ਮੁਨੀ ਜਨ ਹੋਣ, ਇੰਦਰਾ ਭਾਵ ਇੰਦਰ ਵਰਗੇ ਦੇਵਤੇ ਹੋਣ, ਇਹ ਸਾਰੇ ਹੀ ਭਗਤੀ ਦਾ ਦਾਨ ਉਸ ਰੱਬ ਜੀ ਕੋਲ ਮੰਗਦੇ ਆ, ਉਸ ਪਰਮਾਤਮਾ ਦੇ ਕੋਲ। ਇਹ ਮਾਲਕ ਸਾਨੂੰ ਵੀ ਬੰਦਗੀ ਕਰਨ ਦਾ ਦਾਨ ਦੇ,
ਸਾਡੀ ਝੋਲੀ ਵਿੱਚ ਵੀ ਬੰਦਗੀ ਦੀ ਦਾਤ ਪਾ। ਇਹ ਵੱਡੇ ਵੱਡੇ ਦੇਵਤੇ ਵੀ ਉਹਦੇ ਕੋਲੋਂ ਮੰਗਦੇ ਆ, ਉਹਦੇ ਜਾਚਕ ਨੇ, ਉਹਦੇ ਭਿਖਾਰੀ ਨੇ। ਫਿਰ ਕਹਿੰਦੇ ਆ ਕਿ ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪ ਹੈ ਤਰੰਗੀ। ਤਰੰਗੀ ਕਹਿੰਦੇ ਕਈ ਰੰਗਾਂ ਦੇ ਨਾਲ ਅਨੇਕਾਂ ਲਹਿਰਾਂ ਦੇ ਮਾਲਕ ਹਰੀ ਨੂੰ, ਪਰਮਾਤਮਾ ਨੂੰ ਕਈ ਤਰੀਕਿਆਂ ਨਾਲ ਜਪਦੇ ਆ। ਕੌਣ ਕੌਣ ਜਪਦੇ ਆ? ਯੋਗ, ਯੋਗ ਕਮਾਉਣ ਵਾਲੇ, ਗਿਆਨ, ਵੱਡੇ ਵੱਡੇ ਗਿਆਨੀ, ਧਿਆਨ, ਬੜਾ ਬੜਾ ਲੰਮਾ ਧਿਆਨ ਲਾਉਣ ਵਾਲੇ, ਸੇਖ ਨਾਗ ਹੈ ਜਿੱਦਾਂ ਆਪਾਂ ਪਹਿਲਾਂ ਸਰਵਣ ਕਰ ਲਿਆ, ਸੇਖ ਨਾਗ ਵਰਗੇ ਹਜ਼ਾਰਾਂ ਫੰਨਾਂ ਵਾਲੇ ਸੱਪ। ਸਗਲ ਜਪ ਹੈ ਤਰੰਗੀ, ਸਾਰੇ ਜਪਦੇ ਆ। ਕਿਹਨੂੰ ਜਪਦੇ ਆ? ਜਿਹੜਾ ਅਨੇਕਾਂ ਲਹਿਰਾਂ ਦਾ ਮਾਲਕ ਹੈ। ਵੱਖ ਵੱਖ ਤਰੀਕਿਆਂ ਦੇ ਨਾਲ ਉਹ ਆਪਣੇ ਹੋਣ ਦਾ ਅਹਿਸਾਸ ਆਪਣੇ ਪਿਆਰਿਆਂ ਨੂੰ ਕਰਾਉਂਦਾ ਹੈ। ਕਹੋ ਨਾਨਕ ਸੰਤਨ ਬਲਹਾਰ ਹੈ। ਇਹ ਨਾਨਕ ਜੀ ਆਖ ਕੇ, ਮੈਂ ਉਹਨਾਂ ਸੰਤਜਨਾਂ ਤੋਂ, ਰੱਬ ਦੇ ਪਿਆਰਿਆਂ ਤੋਂ ਕੁਰਬਾਨ ਹਾਂ, ਬਲਹਾਰ ਹਾਂ, ਜੋ ਪ੍ਰਭ ਕੇ ਸਦ ਸੰਗੀ, ਜਿਹੜੇ ਪਰਮਾਤਮਾ ਦੇ ਸਦਾ ਸੰਗੀ ਬਣੇ ਰਹਿੰਦੇ ਆ। ਹਰ ਵੇਲੇ ਸਤਸੰਗਤ ਕਰਨ ਦੀ ਉਹਨਾਂ ਦੇ ਮਨ ਦੇ ਵਿੱਚ ਰੀਝ ਬਣੀ ਰਹਿੰਦੀ ਹੈ। ਐਸੇ ਜਿਹੜੇ ਸਾਧ ਸੰਗੀ ਨੇ, ਭਾਵ ਸਦਾ ਹੀ ਰੱਬ ਜੀ ਦੇ ਨਾਲ ਰਹਿਣ ਵਾਲੇ, ਮੈਂ ਉਹਨਾਂ ਤੋਂ ਬਲਹਾਰ ਹਾਂ, ਕੁਰਬਾਨ ਹਾਂ। ਭਾਵ ਰੱਬ ਦੇ ਪਿਆਰੇ, ਪਰਮਾਤਮਾ ਦੇ ਪਿਆਰੇ, ਰੱਬ ਜੀ ਨੂੰ ਲਾਲਣ ਲਾਲ ਐਸੇ ਸ਼ਬਦਾਂ ਨਾਲ ਸੰਬੋਧਨ ਕਰਦੇ ਆ ਕਿ ਤੂੰ ਸਾਡਾ ਸਭ ਤੋਂ ਪਿਆਰਾ ਹੈ, ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਹੀਂ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ ਰਹਾਉ ਪ੍ਰਾਨ ਨਾਥ, ਹੇ ਸਾਡੇ ਪ੍ਰਾਣਾਂ ਦੇ ਨਾਥ, ਸਾਡੇ ਸਾਹਾਂ ਦੇ ਖਸਮ, ਸਾਹਾਂ ਦੇ ਮਾਲਕ ਪਰਮਾਤਮਾ। ਅਨਾਥ ਸਖੇ ਅਤੇ ਹੇ ਅਨਾਥਾਂ ਦੇ ਸਖੇ, ਭਾਵ ਮਿੱਤਰ ਦੋਸਤ, ਜਿਨ੍ਹਾਂ ਦੇ ਸਿਰ ਉੱਤੇ ਖਸਮ ਵੱਡਾ ਹੋਵੇ ਨਾ, ਉਹਨਾਂ ਦੇ ਤਾਂ ਆਪਣੇ ਆਪ ਹੀ ਬਥੇਰੇ ਦੋਸਤ ਮਿੱਤਰ ਬਣ ਜਾਂਦੇ ਆ। ਜਿਨ੍ਹਾਂ ਬਾਰੇ ਪਤਾ ਹੋਵੇ ਕਿ ਇਹ ਬੜੀ ਵੱਡੀ ਹਸਤੀ ਨਾਲ ਜੁੜਿਆ ਜਾਂ ਇਹਦੀ ਹਸਤੀ ਬਹੁਤ ਵੱਡੀ ਆ, ਉਹਦੇ 'ਤੇ ਬਥੇਰੇ ਮਿੱਤਰ ਬਣ ਜਾਂਦੇ ਆ, ਬਥੇਰੇ ਸੰਗੀ ਬਣ ਜਾਂਦੇ ਆ। ਪਰ ਜਿਹਦਾ ਕੋਈ ਧਿਰਨਾ ਨਾ ਹੋਵੇ ਜਿਹਦੀ, ਉਹਦਾ ਕੋਈ ਮਿੱਤਰ ਨਹੀਂ ਬਣਦਾ, ਕੋਈ ਦੋਸਤ ਨਹੀਂ ਬਣਦਾ। ਲੋਕ ਵੀ ਹਾਲਾਤ ਵੇਖ ਕੇ ਨੇੜੇ ਲੱਗਦੇ ਆ, ਪਰ ਮੇਰੇ ਮਾਲਕ ਤੂੰ ਅਨਾਥਾਂ ਦਾ ਵੀ ਨਾਥ ਹੈ, ਜਿਹਦੇ ਸਿਰ ਉੱਤੇ ਕਿਸੇ ਦਾ ਹੱਥ ਨਹੀਂ ਨਾ, ਤੂੰ ਉਹਨਾਂ ਦੇ ਸਿਰ 'ਤੇ ਹੱਥ ਰੱਖਣ ਵਾਲਾ ਆ, ਜਿਹਦਾ ਕੋਈ ਨਹੀਂ ਹੈ ਉਹਦਾ ਤੂੰ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਇੱਕ ਤਾਂ ਤੂੰ ਸਾਡੇ ਸਾਹਾਂ ਦਾ ਮਾਲਕ ਹੈ, ਜਿਤਨੇ ਵੀ ਸਵਾਸ ਸਾਨੂੰ ਹੁਣ ਤੱਕ ਆਏ ਅਤੇ ਜਿਤਨੇ ਆ ਰਹੇ ਆ, ਜਿੰਨੇ ਅੱਗੇ ਆਉਣਗੇ, ਉਹ ਤੁਹਾਡੇ ਖਸਮਾਨੇ ਕਰਕੇ ਹੀ ਆਉਣੇ ਆ। ਜੇ ਤੁਸੀਂ ਖਸਮਾਨਾ ਕਰਨਾ ਛੱਡ ਦਿਓ, ਸਾਡੇ ਸਿਰੋਂ ਤੋਂ ਹੱਥ ਚੁੱਕ ਲਓ, ਤਾਂ ਅਸੀਂ ਇੱਕ ਸਵਾਸ ਵੀ ਨਹੀਂ ਲੈ ਸਕਦੇ। ਸੋ ਇਸ ਕਰਕੇ ਹੀ ਸਾਡੇ ਪ੍ਰਾਣਾਂ ਦੇ ਨਾਥ, ਪ੍ਰਾਣ ਨਾਥ, ਅਨਾਥ ਸਖੇ, ਹੇ ਅਨਾਥਾਂ ਦੇ ਮਿੱਤਰ, ਦੀਨ ਦਰਦ ਨਿਵਾਰ, ਦੀਨ ਤੋਂ ਭਾਵ ਹੈ ਨਿਮਾਣਾ, ਗਰੀਬ, ਅਤੇ ਹੇ ਗਰੀਬਾਂ ਦੇ ਦੁੱਖ ਨੂੰ ਦੂਰ ਕਰਨ ਵਾਲੇ। ਇੱਥੇ ਵੀ ਫਰਕ ਰੱਖ ਕੇ ਚੱਲਿਆ ਜਾਂਦਾ, ਸੰਸਾਰਕ ਪੱਧਰ ਦੇ ਉੱਤੇ ਉਹਦੇ ਦੁੱਖ ਦੇ ਵਿੱਚ ਤਾਂ ਸਾਰੇ ਸ਼ਰੀਕ ਹੋ ਜਾਣਗੇ, ਜਿਹਦੀ ਕੋਈ ਸਮਾਜ ਦੇ ਵਿੱਚ ਕੋਈ ਹਸਤੀ ਵੱਡੀ ਹੈ,
ਜਿਹੜਾ ਕੋਈ ਨਾਮਣੇ ਵਾਲਾ ਉਹਦਾ ਤਾਂ ਕੁੱਤਾ ਵੀ ਮਰ ਜਾਵੇ ਅਤੇ ਲੋਕ ਉਹਦੇ ਨਾਲ ਅਫਸੋਸ ਕਰਨ ਵਾਸਤੇ ਆਉਂਦੇ ਆ। ਅਤੇ ਜੇ ਗਰੀਬ ਦਾ ਕੋਈ ਜੀਵ ਵੀ ਚੜ੍ਹਾਈ ਕਰ ਜਾਵੇ ਤਾਂ ਉੱਥੇ ਜਾਣਾ ਵੀ ਕੋਈ ਪਸੰਦ ਨਹੀਂ ਕਰਦਾ। ਕਿਸੇ ਅਮੀਰ ਨੂੰ ਸਿਰ ਪੀੜ ਵੀ ਹੋਣ ਲੱਗ ਪਵੇ ਤਾਂ ਉਹਦੇ 50 ਪਤਾ ਲੈਣ ਵਾਲੇ, ਅਤੇ ਕੋਈ ਗਰੀਬ ਮਾਤੜ ਦੁੱਖ ਦੇ ਨਾਲ ਦਿਨੇ ਰਾਤ ਕੁਰਲਾ ਰਿਹਾ ਹੋਵੇ ਉਹਦੀ ਸਾਰ ਲੈਣ ਵਾਲਾ ਕੋਈ ਨਹੀਂ। ਪਰ ਮੇਰੇ ਮਾਲਕ ਤੂੰ ਐਸਾ ਨਹੀਂ ਕਰਦਾ, ਤੂੰ ਇਹ ਫਰਕ ਰੱਖ ਕੇ ਨਹੀਂ ਚੱਲਦਾ। ਤੇਰੇ ਕੋਲ ਤਾਂ ਕੋਈ ਕੋੜੀ ਵੀ ਆ ਗਿਆ, ਸਾਰਾ ਸਰੀਰ ਕੋੜਨਾ ਫੁੱਟਿਆ ਹੋਇਆ, ਤੂੰ ਤਾਂ ਉਹਦਾ ਵੀ ਉਧਾਰ ਕਰ ਦਿੱਤਾ, ਉਹਦਾ ਵੀ ਸਰੀਰ ਕੰਚਨ ਵਰਗਾ ਕਰ ਦਿੱਤਾ। ਕਿਤਨੀਆਂ ਇਤਿਹਾਸਕ ਸਾਖੀਆਂ ਨੇ ਬੀਬੀ ਰਜਨੀ ਸਮੇਤ, ਦਪਾਲਪੁਰ ਕੰਗਣਵਾਲ ਦਾ ਕੋੜੀ, ਬਹੁਤ ਸਾਰੇ ਐਸੇ ਮਿਲੇ ਸਤਿਗੁਰੂ ਪਾਤਸ਼ਾਹ ਜੀ ਕਿ ਚੌਧਰੀ ਸੀ ਬੜਾ ਵੱਡਾ, ਅਤੇ ਚੌਧਰਾਇਤ ਦੇ ਸਮੇਂ ਦੇ ਦੌਰਾਨ ਇਹਨੇ ਰੱਬ ਭੁਲਾਇਆ ਹੋਇਆ ਸੀ, ਅਤੇ ਜਦੋਂ ਰੱਬ ਭੁਲਾ ਦਈਏ ਨਾ ਤਾਂ ਫਿਰ ਰੋਗ ਵੀ ਕਈ ਵਾਰ ਐਸੇ ਐਸੇ ਲੱਗ ਜਾਂਦੇ ਆ ਜਿਨ੍ਹਾਂ ਦਾ ਇਲਾਜ ਹੀ ਕਿਤੇ ਨਹੀਂ ਹੁੰਦਾ, ਅਤੇ ਉਹ ਸਾਰਾ ਕੁਛ ਹੀ ਜਾਂਦਾ ਰਹਿੰਦਾ ਜਿਹਦੇ ਕਾਰਨ ਰੋਗ ਸਹੇੜੇ ਹੁੰਦੇ ਆ। ਜਦੋਂ ਇਹਨੂੰ ਕੋੜ ਦਾ ਰੋਗ ਹੋਇਆ, ਪਹਿਲੋਂ ਸਮਾਜ ਨੇ ਚੌਧਰ ਹੋਈ ਕਿ ਇਹ ਹੁਣ ਕਿਸੇ ਪਰੇ ਪੰਚਾਇਤ 'ਚ ਨਹੀਂ ਬਹਿ ਸਕਦਾ। ਉਹਦੇ ਤੋਂ ਬਾਅਦ ਕੀ ਹੋਇਆ, ਘਰਦਿਆਂ ਨੇ ਘਰ ਤੋਂ ਬਾਹਰ ਖੁੱਲ੍ਹੀ ਪਾ ਦਿੱਤੀ, ਥੋੜ੍ਹੀ ਜਿਹੀ ਨਵੇਕਲਾ ਪਰੇ ਕਰਕੇ ਪਿੰਡ ਵਿੱਚ ਗੱਲ ਫੈਲ ਗਈ ਕਿ ਇਹ ਸ਼ੂਰਦਾਰ ਹੋ ਗਿਆ, ਜੇ ਇਹ ਇੱਥੇ ਰਿਹਾ ਤਾਂ ਫਿਰ ਹੋਰਨਾਂ ਨੂੰ ਵੀ ਰੋਗ ਗ੍ਰਸਤ ਕਰੇਗਾ। ਉਹਨਾਂ ਕਿਹਾ ਕਿ ਇਹਨੂੰ ਨਾ ਕਿਤੇ ਦੂਰ ਛੱਡ ਆਓ, ਜੰਗਲ ਜੁੰਗਲ 'ਚ ਕੁੱਲੀ ਪਾ ਦਿਓ। ਉਹਨਾਂ ਨੇ ਦੂਰ ਜਿੱਥੇ ਕੋਈ ਨਹੀਂ ਸੀ ਨਾ ਆਉਂਦਾ ਜਾਂਦਾ ਉੱਥੇ ਜਾ ਕੇ ਉਹਦੀ ਕੁੱਲੀ ਪਾ ਦਿੱਤੀ, ਜਿਹਨੂੰ ਹਰੀਦਾਸ ਹਰੀਦਾਸ ਕਹਿੰਦੇ ਸੀ, ਚੌਧਰੀ ਹਰੀਆ ਚੌਧਰੀ, ਉਹ ਹਰੀਆ ਕੋੜੀ ਬਣ ਕੇ ਰਹਿ ਗਿਆ। ਬੜੇ ਦੇਵੀ ਦੇਵਤੇ ਧਿਆਏ, ਬੜਿਆਂ ਦੀ ਆਰਾਧਨਾ ਕੀਤੀ, ਪਰ ਕਿਤੇ ਕਿਸੇ ਨੇ ਬਾਹ ਨਾ ਫੜੀ। ਇਹਦੇ ਕੋਲ ਕੋਈ ਆਉਂਦਾ ਆ, ਜਿਹੜਾ ਪਾਣੀ ਵਾਲਾ ਭਾਂਡਾ ਰੱਖਿਆ ਉਹਦੇ ਪਾਣੀ ਪਾ ਕੇ ਡੰਡੇ ਦੇ ਨਾਲ ਉਹ ਪਾਣੀ ਵਾਲੇ ਭਾਂਡੇ ਨੂੰ ਗਾਂਹ ਕਰ ਦਿੰਦਾ, ਬਾਹਰੋਂ ਹੀ ਰੋਟੀਆਂ ਦੇ ਅੱਗੇ ਵਗਾ ਕੇ ਮਾਰਦਾ ਜਿਹੜਾ ਵੀ ਆਉਂਦਾ। ਇਸ ਤਰੀਕੇ ਨਾਲ ਅੰਦਰ ਭਾਅ ਚੱਲ ਰਿਹਾ ਸੀ, ਅਤੇ ਜਦੋਂ ਇਹ ਕੂਕ ਪੁਕਾਰ ਰੱਬ ਜੀ ਦੇ ਚਰਨਾਂ ਵਿੱਚ ਕੀਤੀ ਕਿ ਮਾਲਕ ਹੁਣ ਤਾਂ ਤੂੰ ਹੀ ਹੈ, ਜੇ ਮੈਨੂੰ ਬਚਾ ਸਕੇ ਜਾਂ ਮੇਰੇ ਰੋਗ ਨੂੰ ਨਿਵਾਰ ਸਕੇ, ਮੈਂ ਹੁਣ ਇਸ ਰੋਗ ਨੂੰ ਲੈ ਕੇ ਜਿਉਂਦਾ ਨਹੀਂ ਰਹਿ ਸਕਦਾ, ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਦੀ ਫਰਿਆਦ ਸੁਣੀ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕੇ ਇਹਦੀ ਕੁੱਲੀ ਦਾ ਝੁੱਗੀ ਦਾ ਦਰਵਾਜ਼ਾ ਖੜਕਾਇਆ ਕਿ ਅੰਦਰੋਂ ਕਹਿੰਦਾ, ਕੌਣ ਹੋ ਤੁਸੀਂ, ਮੇਰੇ ਕੋਲੋਂ ਕੀ ਲੈਣਾ ਜੇ, ਮੇਰੇ ਕੋਲੋਂ ਤਾਂ ਹਵਾ ਵੀ ਲੰਘਦੀ ਡਰਦੀ ਹੈ ਕਿ ਕਿਤੇ ਮੈਂ ਦੂਸ਼ਿਤ ਨਾ ਹੋ ਜਾਵਾਂ, ਕਿਤੇ ਮੈਂ ਰੋਗ ਗ੍ਰਸਤ ਨਾ ਹੋ ਜਾਵਾਂ। ਜਾਓ ਚਲੇ ਜਾਓ, ਕਿਤੇ ਮੇਰੇ ਵਾਲਾ ਰੋਗ ਤੁਹਾਨੂੰ ਵੀ ਨਾ ਲੱਗ ਜਾਵੇ। ਸਤਿਗੁਰੂ ਕਹਿਣ ਲੱਗੇ ਕਿ
ਅਸੀਂ ਤਾਂ ਤੇਰਾ ਰੋਗ ਦੂਰ ਕਰਨ ਆਏ ਹਾਂ, ਤੂੰ ਇੱਕ ਤਰ੍ਹਾਂ ਦਰਵਾਜ਼ਾ ਤਾਂ ਖੋਲ੍ਹ। ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਵਚਨਾਂ ਨੂੰ ਸੁਣ ਕੇ ਹਰੀਏ ਕੋਹੜੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਸਤਿਗੁਰੂ ਪਾਤਸ਼ਾਹ ਦੇ ਕੋਲ ਜਾ ਕੇ ਬੈਠ ਗਏ, ਸ਼ਬਦ ਦਾ ਜਾਪ ਕੀਤਾ, ਜਲ ਵਰਤਿਆ, ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹਦੇ ਜ਼ਖਮਾਂ ਨੂੰ ਸਾਫ਼ ਕੀਤਾ। ਜਿਉਂ ਹੀ ਸਤਿਗੁਰੂ ਪਾਤਸ਼ਾਹ ਜੀ ਦੀ ਸੰਗਤ ਨਸੀਬ ਹੋਈ, ਇਹਦੇ ਮਨ ਦਾ ਅਤੇ ਤਨ ਦਾ ਕੋਹੜ ਦੂਰ ਹੋ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਵੀ ਉੱਥੇ ਉਚਾਰਨ ਕੀਤੇ ਗੁਰਬਾਣੀ ਦੇ, ਬਾਣੀ ਦੇ ਦੁਆਰਾ ਇਲਾਜ ਕੀਤਾ, ਕਿਉਂਕਿ ਸਰਵ ਰੋਗਾਂ ਔਖਦ ਨਾਮ, ਸਾਰੇ ਰੋਗਾਂ ਦਾ ਇਲਾਜ ਕੀ ਹੈ? ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ। ਜਿਹਦੇ ਕੋਲ ਪਰਮਾਤਮਾ ਦੇ ਸਿਮਰਨ ਰੂਪੀ ਦਵਾਈ ਹੈ ਨਾ, ਉਹਦੇ ਵੱਡੇ ਵੱਡੇ ਰੋਗ ਠੀਕ ਹੋ ਜਾਂਦੇ। ਕਿਉਂਕਿ ਵੈਦਾਂ ਦਾ ਵੈਦ ਸਤਿਗੁਰੂ ਪਾਤਸ਼ਾਹ ਖੁਦ ਆਪ ਹੈ, ਉਹ ਜਿੱਥੇ ਸਾਡੇ ਤਨ ਦਾ ਰੋਗ ਦੂਰ ਕਰਦਾ, ਮਨ ਦਾ ਵੀ ਦੂਰ ਕਰਦਾ। ਸਤਿਗੁਰੂ ਪਾਤਸ਼ਾਹ ਜੀ ਨੇ ਹਰੀਏ ਨੂੰ ਤੰਦਰੁਸਤ ਕਰਕੇ ਅਤੇ ਨਾਲ ਹੀ ਉਹਦੇ ਮਨ ਦਾ ਕੋਹੜ ਦੂਰ ਕਰਨ ਵਾਸਤੇ ਗੁਰਬਾਣੀ ਦੀ ਦਾਤ ਬਖਸ਼ੀ, ਅਤੇ ਨਾਲ ਕਿਹਾ ਕਿ ਜਦੋਂ ਤਾਕਤ ਮਿਲ ਜਾਵੇ ਨਾ, ਉਸ ਤਾਕਤ ਦਾ ਗਲਤ ਇਸਤੇਮਾਲ ਨਹੀਂ ਕਰੀਦਾ। ਤੇਰੇ ਨਾਲ ਇਹ ਕਿਉਂ ਵਾਪਰਿਆ? ਕਿਉਂਕਿ ਜਦੋਂ ਤੇਰੇ ਕੋਲ ਚੌਧਰ ਸੀ, ਤੂੰ ਬਹੁਤ ਧੱਕਾ ਕੀਤਾ ਲੋਕਾਂ ਦੇ ਨਾਲ, ਕਈਆਂ ਦਾ ਧਨ ਤੂੰ ਆਪਣੇ ਕਬਜ਼ੇ 'ਚ ਕੀਤਾ, ਕਈਆਂ ਦੇ ਜ਼ਮੀਨਾਂ ਦੱਬ ਲਈਆਂ, ਕਈਆਂ ਨੂੰ ਬੇਪਤ ਕੀਤਾ, ਤੂੰ ਕਿਸੇ ਦੀ ਵੀ ਬੇਇੱਜ਼ਤੀ ਕਰਨ ਲੱਗਿਆ ਸੋਚਦਾ ਨਹੀਂ ਸੀ ਇੱਕ ਪਲ ਵਾਸਤੇ ਵੀ। ਸੋ ਉਹਨਾਂ ਵਧੀਕੀਆਂ ਦੇ ਕਾਰਨ ਤੈਨੂੰ ਤਨ ਦਾ ਕੋਹੜ ਲੱਗਾ, ਮਨ ਦਾ ਕੋਹੜ ਹੀ ਤਾਂ ਤੂੰ ਬੜੇ ਚਿਰ ਦਾ ਸੀ। ਮਨ ਦਾ ਕੋਹੜ ਤਾਂ ਇਹਦੇ ਤੋਂ ਵੀ ਪਹਿਲਾਂ ਦਾ ਤੈਨੂੰ ਹੋਇਆ, ਇਹਦੇ ਤਨ ਦਾ ਕੋਹੜ ਹੋਇਆ ਤੈਨੂੰ, ਅਤੇ ਫਿਰ ਤੈਨੂੰ ਅਹਿਸਾਸ ਹੋਇਆ ਕਿ ਇਸ ਬਿਮਾਰੀ ਦੀ ਪੀੜਾ ਕਿੰਨੀ ਕੁ ਵੱਡੀ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਦਇਆ ਦੇ ਸਾਗਰ ਨੇ ਅਤੇ ਦੀਨਾਂ ਦੇ ਦੁੱਖ ਨੂੰ, ਦਰਦ ਨੂੰ ਨਿਵਾਰਨ ਵਾਲੇ ਨੇ। ਜਿਨ੍ਹਾਂ ਦਾ ਕੋਈ ਦਰਦ ਨਹੀਂ ਨਾ ਨਿਵਾਰਦਾ, ਉਹਨਾਂ ਦਾ ਦਰਦ, ਉਹਨਾਂ ਦਾ ਦੁੱਖ ਮੇਰਾ ਮਾਲਕ ਠੀਕ ਕਰਦਾ ਆ। ਇਸ ਕਰਕੇ ਸਤਿਗੁਰੂ ਨੇ ਇੱਥੇ ਵਚਨ ਬਖਸ਼ਿਸ਼ ਕੀਤੇ ਨੇ ਪਰਮਾਤਮਾ ਨੂੰ ਸੰਬੋਧਨ ਹੋ ਕੇ ਰੱਬ ਜੀ ਦੇ ਪਰਥਾਏ ਕਿ ਪ੍ਰਾਣ ਨਾਥ ਹੇ ਮੇਰੇ ਸਾਹਾਂ ਦੇ ਖਸਮ ਮਾਲਕ, ਅਨਾਥ ਸਖੇ, ਅਨਾਥਾਂ ਦੇ ਵੀ ਮਿੱਤਰ ਸਖੇ ਦੋਸਤ, ਅਨਾਥ ਸਖੇ ਦੀਨ ਦਰਦ ਨਿਵਾਰ, ਅਤੇ ਗਰੀਬਾਂ ਦੇ ਦੁੱਖ ਨੂੰ ਦੂਰ ਕਰਨ ਵਾਲੇ ਮੇਰੇ ਮਾਲਕ ਪਰਮਾਤਮਾ। ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥੋਂ ਭਾਵ ਕਿ ਸਾਰਾ ਕੁਛ ਹੀ ਕਰਨ ਦੀ ਸ਼ਕਤੀ ਰੱਖਣ ਵਾਲੇ, ਤਾਕਤ ਰੱਖਣ ਵਾਲੇ, ਕੋਈ ਵੀ ਕੰਮ ਐਸਾ ਨਹੀਂ ਜਿਹੜਾ ਰੱਬ ਨਾ ਕਰ ਸਕਦਾ ਹੋਵੇ, ਸਾਰੇ ਕੰਮ ਐਸੇ ਨਹੀਂ ਜਿਹੜਾ ਬੰਦਾ ਕਰ ਸਕਦਾ ਹੋਵੇ, ਕੁਛ ਕਰ ਸਕਦਾ ਹੈ, ਕੁਛ 'ਤੇ ਜਾ ਕੇ ਦੀ ਸਮਰੱਥਾ ਖਤਮ ਹੋ ਜਾਂਦੀ ਹੈ। ਦੂਸਰੇ ਪਾਸੇ ਰੱਬ ਪਰਮਾਤਮਾ ਸਮਰੱਥ ਹੈ, ਭਾਵ ਉਹ ਕੁਛ ਵੀ ਕਰ ਸਕਦਾ, ਉਹਦੇ ਅੱਗੇ ਕੋਈ ਵੀ ਕੰਮ ਔਖਾ ਨਹੀਂ। ਕੁਝ ਦਿਨ ਪਹਿਲਾਂ ਮੀਂਹ ਨਹੀਂ ਸੀ ਪੈ ਰਿਹਾ,
ਅਤੇ ਲੋਕ ਹਾਲ ਭਰ ਰਿਹਾ ਕਰ ਰਹੇ ਸੀ, ਆਉਂਦੇ ਸਮੇਂ ਮੀਂਹ ਨਹੀਂ ਪਿਆ ਕਰਨਾ, ਇੱਥੇ ਰੇਗਿਸਤਾਨ ਬਣ ਜਾਣਾ ਆ, ਇੱਥੇ ਗਰਮੀ ਇੰਨੀ ਵੱਧ ਜਾਣੀ ਹੈ। ਆ ਕੁਝ ਘੰਟੇ ਮੀਂਹ ਪਿਆ ਅਤੇ ਦਿੱਲੀ ਦਾ ਬੁਰਾ ਹਾਲ ਹੋ ਗਿਆ। ਉਹ ਜਿਹੜੇ ਲਾਲ ਕਿਲ੍ਹੇ ਆਦਿ ਦੇ ਗੇਟ ਨੇ ਨਾ, ਉਹ ਇੱਦਾਂ ਵਗਣ ਡਿਆ ਜਿੱਦਾਂ ਨਹਿਰ ਦੇ ਪੁਲ ਹੁੰਦੇ ਆ, ਇੱਦਾਂ ਇੱਕ ਤਰ੍ਹਾਂ ਵਗਾ ਦਿੱਤੇ ਕੁਝ ਘੜੀਆਂ ਦੇ ਵਿੱਚ ਹੀ, ਕੁਝ ਸਮੇਂ ਦੇ ਵਿੱਚ ਹੀ। ਸੋ ਉਹ ਨਦੀਆਂ ਵਿੱਚੋਂ ਟਿੱਬੇ ਵਿਖਾ ਸਕਦਾ ਆ ਅਤੇ ਥਲਾਂ ਨੂੰ ਡੂੰਘੇ ਸਾਗਰ ਬਣਾ ਸਕਦਾ, ਉਹਦੀ ਸਮਰੱਥਾ ਬਹੁਤ ਵੱਡੀ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਉਸ ਰੱਬ ਜੀ ਨੂੰ ਜਦੋਂ ਸੰਬੋਧਨ ਕਰਨਾ ਨਾ, ਜਦੋਂ ਅੱਗੇ ਪੇਸ਼ ਹੋਣਾ ਉਹਦੇ, ਉਦੋਂ ਉਹਨੂੰ ਇਹ ਮੰਨ ਕੇ ਉਹਦੇ ਅੱਗੇ ਪੇਸ਼ ਹੋਣਾ ਆ ਕਿ ਤੂੰ ਸਭ ਕੁਝ ਕਰ ਸਕਦਾ, ਹੇ ਸਮਰੱਥ, ਸਾਰਾ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ, ਸਾਰੀਆਂ ਤਾਕਤਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ। ਹੇ ਸਮਰੱਥ ਅਗੰਮ, ਅਗੰਮ ਤੋਂ ਭਾਵ ਹੈ ਜਿਹਦੀ ਗਮਤਾ ਨਾ ਮਾਪੀ ਜਾ ਸਕਦੀ ਹੋਵੇ, ਜਿਹਦਾ ਕੋਈ ਅੰਤ ਨਾ ਪਾ ਸਕਦਾ ਹੋਵੇ। ਜਿਵੇਂ ਆਪਾਂ ਪਹਿਲਾਂ ਵੀ ਸ਼੍ਰਵਣ ਕਰ ਲਿਆ ਕਿ ਹਰ ਚੀਜ਼ ਦਾ ਅੰਤ ਪੈ ਸਕਦਾ, ਹਰ ਸ਼ੈ ਦਾ ਪੈ ਸਕਦਾ ਆ, ਪਰ ਰੱਬ ਦਾ ਅੰਤ ਕੋਈ ਨਹੀਂ ਪਾ ਸਕਦਾ। ਇਸ ਕਰਕੇ ਹੇ ਸਮਰੱਥ ਅਗੰਮ, ਅਤੇ ਤੀਜੇ ਨੰਬਰ 'ਤੇ ਇਸ ਪੰਕਤੀ 'ਚ ਕਹਿੰਦੇ ਆ ਕਿ ਪੂਰਨ ਭਾਵ ਉਕਾਈ ਰਹਿਤ, ਜਿਹਦੇ ਵਿੱਚ ਕੋਈ ਘਾਟ ਨਹੀਂ, ਕੋਈ ਹੋਣ ਤਾਂ ਹੀ ਨਹੀਂ। ਜਦੋਂ ਕਿਸੇ ਕੋਲੋਂ ਕੋਈ ਅਵੱਗਿਆ ਹੋ ਜਾਵੇ ਨਾ, ਤਾਂ ਆਪਾਂ ਇੱਕ ਲਫ਼ਜ਼ ਵਰਤਦੇ ਹਾਂ ਕਿ ਇਨਸਾਨ ਗਲਤੀਆਂ ਦਾ ਪੁਤਲਾ, ਜਾਂ ਫਿਰ ਇਹ ਕਹਿ ਦਿੰਦੇ ਹਾਂ ਕਿ ਕਿਸੇ ਨਾ ਕਿਸੇ ਵਿੱਚ ਕੋਈ ਨਾ ਕੋਈ ਕਮੀ ਤਾਂ ਹੁੰਦੀ ਆ। ਇਹ ਸਾਡੀ ਗੱਲ ਹੈ ਜਿੱਥੇ ਅਸੀਂ ਆ ਜਾਂਦੇ ਹਾਂ ਕਿ ਵਾਕਿਆ ਹੀ ਸਾਡੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਵਿੱਚ ਕਮੀ ਘਾਟ ਹੋਣ ਤਾਂ ਹੀ ਜ਼ਰੂਰ ਹੁੰਦੀ। ਇਸੇ ਤਰ੍ਹਾਂ ਹਰ ਇੱਕ ਉਕਾਈ ਕਰ ਸਕਦਾ ਆ, ਉਕਾਈ ਰਹਿਤ ਕੋਈ ਨਹੀਂ ਹੈਗਾ, ਜਿਹਦੇ ਕੋਈ ਗਲਤੀ ਨਾ ਹੁੰਦੀ ਹੋਵੇ, ਜਿਹਦੇ ਕੋਈ ਭੁੱਲ ਨਾ ਹੁੰਦੀ ਹੋਵੇ। ਵਾਕਿਆ ਹੀ ਅਸੀਂ ਖਿਣ ਖਿਣ ਭੁੱਲਣਹਾਰ ਹਾਂ, ਗਲਤੀਆਂ ਦੇ ਪੁਤਲੇ ਹੀ ਹਾਂ। ਪਰ ਜਿੱਥੇ ਰੱਬ ਜੀ ਦੀ ਗੱਲ ਆ ਜਾਂਦੀ, ਉਹ ਪੂਰਾ, ਉਹਦੇ ਵਿੱਚ ਕੋਈ ਉਕਾਈ ਨਹੀਂ, ਕੋਈ ਘਾਟ ਨਹੀਂ। ਇੱਥੋਂ ਤੱਕ ਕਿ ਜੋ ਕੁਛ ਉਹਨੇ ਰਚਿਆ ਆ, ਉਹਦੇ ਪਰਥਾਏ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜੋ ਕਿਛ ਪਾਇਆ ਸੋ ਏਕਾ ਵਾਰ। ਉਹਨੇ ਆਪਣੇ ਭੰਡਾਰੇ ਵੀ ਜਿਹੜੇ ਬਣਾਏ ਆ ਨਾ, ਉਹਨਾਂ ਵਿੱਚ ਜੋ ਕੁਛ ਪਾਉਣਾ ਸੀ ਇੱਕੇ ਵਾਰ ਹੀ ਪਾ ਦਿੱਤਾ, ਉਹਨੂੰ ਵਾਰ ਵਾਰ ਪਾਉਣ ਦੀ ਲੋੜ ਨਹੀਂ ਪੈਂਦੀ। ਉਹਦੇ ਭੰਡਾਰੇ ਕਦੇ ਸਮਾਪਤ ਹੋਣ ਵਾਲੇ ਨਹੀਂ, ਉਹਨਾਂ ਵਿੱਚੋਂ ਪਦਾਰਥ ਘਟਣ ਵਾਲਾ ਨਹੀਂ ਕਦੇ ਵੀ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ ਕਿ ਤੂੰ ਪੂਰਨ ਹੈ, ਤੇਰੇ ਵਿੱਚ ਕੋਈ ਘਾਟ ਨਹੀਂ, ਕੋਈ ਕਮੀ ਨਹੀਂ, ਨਾ ਪਹਿਲਾਂ ਸੀ, ਨਾ ਅੱਜ ਹੈ, ਨਾ ਆਉਣ ਵਾਲੇ ਸਮੇਂ 'ਚ ਹੋਵੇਗੀ। ਤੂੰ ਸਦਾ ਹੀ ਪੂਰਨ ਹੈ ਅਤੇ ਹਰ ਥਾਂ ਉੱਤੇ ਪੂਰਿਆ ਹੋਇਆ। ਕੋਈ ਵੀ ਥਾਂ ਐਸੀ ਨਹੀਂ ਜਿੱਥੇ ਤੂੰ ਘੱਟ ਵੱਸਦਾ ਹੋਵੇਂ, ਕੋਈ ਥਾਂ ਐਸੀ ਨਹੀਂ ਜਿੱਥੇ ਤੂੰ ਵੱਧ ਵੱਸਦਾ ਹੋਵੇਂ। ਕਿਉਂਕਿ ਪੁਰਾਤਨ ਸਮੇਂ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ ਕੋਈ ਧਰਤੀਆਂ, ਕੋਈ ਥਾਵਾਂ ਐਸੀਆਂ ਮਿਥਲੀਆਂ ਸਨ ਧਾਰਮਿਕ ਲੋਕਾਂ ਨੇ ਕਿ ਇਸ ਧਰਤੀ ਉੱਤੇ ਰੱਬ ਵੱਧ ਵੱਸਦਾ ਆ ਅਤੇ ਇਸ 'ਤੇ ਘੱਟ ਵੱਸਦਾ, ਜਿਵੇਂ ਬਨਾਰਸ ਉੱਤੇ ਵੱਧ ਅਤੇ ਹੜੰਬੇ ਦੀ ਧਰਤੀ ਉੱਤੇ ਘੱਟ। ਇਹ ਵੀ ਮਿਥਲਿਆ ਕਿ ਜੇ ਕੋਈ ਕਾਂਸ਼ੀ ਬਨਾਰਸ ਵਰਗੀ ਧਰਤੀ 'ਤੇ ਮਰੇਗਾ ਤਾਂ ਸਿੱਧਾ ਸਵਰਗ ਨੂੰ ਜਾਵੇਗਾ, ਅਤੇ ਜੇ ਕੋਈ ਹੜੰਬੇ ਦੀ ਧਰਤੀ 'ਤੇ ਜਾ ਕੇ ਮਰੂ ਤਾਂ ਉਹ ਸਿੱਧਾ ਨਰਕ ਨੂੰ ਜਾਊ। ਨਰਕ 'ਚ ਹੀ ਨਹੀਂ ਜਾਊ ਇਕੱਲਾ, ਕਹਿੰਦੇ ਨੇ ਖੋਤੇ ਦੀ ਜੂਨੇ ਪਊ ਜਿਹੜਾ ਉਸ ਧਰਤੀ 'ਤੇ ਮਰੇਗਾ। ਪਰ ਗੁਰਬਾਣੀ ਗੁਰਮਤਿ ਨੇ ਸਾਨੂੰ ਦੱਸਿਆ ਕਿ
ਜੇ ਕੋਈ ਮਨ ਦਾ ਕਠੋਰ ਬੰਦਾ ਹੜੰਬੇ ਬਨਾਰਸ ਦੀ ਧਰਤੀ 'ਤੇ ਮਰ ਜਾਂਦਾ ਤਾਂ ਉਹ ਨਰਕ ਤੋਂ ਨਹੀਂ ਵੱਜ ਸਕਦਾ। ਮਨਹੋਂ ਕਠੋਰ ਮਰੇ ਬਨਾਰਸ, ਨਰਕ ਨਾ ਬਾਂਚਿਆ ਜਾਈ। ਉਹ ਨਰਕ ਤੋਂ ਨਹੀਂ ਵੱਜ ਸਕਦਾ ਕਿਉਂਕਿ ਮਨ ਦਾ ਕਠੋਰ ਹੈ। ਹਰ ਕਾ ਸੰਤ ਮਰੇ ਹੜੰਬ ਹੈ ਤਾਂ ਸਗਲੀ ਸੈਂਤ ਰਾਈ। ਜੇ ਉਹਨੂੰ ਮਗਹਰ ਦੀ ਧਰਤੀ ਵੀ ਕਿਹਾ ਗਿਆ ਹੜੰਬੇ ਨੂੰ, ਗੁਰਬਾਣੀ ਵਿੱਚ ਜ਼ਿਕਰ ਵੀ ਹੈ। ਜੇ ਕੋਈ ਪਰਮਾਤਮਾ ਦਾ ਪਿਆਰਾ, ਰੱਬ ਦਾ ਪਿਆਰਾ ਮਗਹਰ ਦੀ ਧਰਤੀ ਉੱਤੇ ਜਾ ਕੇ ਆਪਣੇ ਪ੍ਰਾਣ ਤਿਆਗ ਦਿੰਦਾ, ਹੜੰਬੇ ਦੀ ਧਰਤੀ 'ਤੇ ਜਾ ਕੇ ਮਰ ਜਾਂਦਾ, ਤਾਂ ਉਹ ਆਪਣੇ ਨਾਲ ਸਾਰੀ ਸ੍ਰਿਸ਼ਟੀ ਨੂੰ ਉਤਾਰਨ ਦੀ ਸਮਰੱਥਾ ਰੱਖਦਾ। ਆਪ ਤਾਂ ਉਹਨੇ ਕੀ ਨਰਕ ਨੂੰ ਜਾਣਾ, ਨਾ ਉਹ ਖੋਤੇ ਦੀ ਜੂਣ 'ਚ ਪੈਂਦਾ, ਨਾ ਹੀ ਉਹ ਨਰਕਾਂ ਨੂੰ ਜਾਂਦਾ। ਕਿਉਂਕਿ ਗੱਲ ਤਾਂ ਜੀਵਨ ਦੀ ਹੈ ਨਾ ਕਿ ਕਿਹੋ ਜਿਹਾ ਜੀਵਨ ਜੀਉ ਰਹੇ। ਕੋਈ ਧਰਤੀ ਜ਼ਿਆਦੀ ਅਹਿਮ ਨਹੀਂ, ਕੋਈ ਸਰਾਫੀ ਹੋਈ ਨਹੀਂ। ਜਿੱਥੇ ਸੰਤ ਜਨ ਪਰਮਾਤਮਾ ਦੇ ਪਿਆਰੇ ਗੁਰੂ ਜਨ ਭਾਗ ਲਾ ਦਿੰਦੇ ਆ, ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ। ਗੋਬਿੰਦਵਾਲ ਸਾਹਿਬ ਨਗਰ ਵਸਾਉਣ ਲੱਗੇ ਸਤਿਗੁਰੂ ਪਾਤਸ਼ਾਹ, ਤਾਂ ਉੱਥੋਂ ਦੇ ਬਾਰੇ ਪ੍ਰਚਲਿਤ ਸੀ ਕਿ ਇੱਥੇ ਭੂਤਾਂ ਪ੍ਰੇਤਾਂ ਦਾ ਵੱਸ ਆ। ਬੜੀ ਵਾਰ ਕਹਿੰਦੇ ਅੱਗੇ ਵਸਣ ਦਾ ਯਤਨ ਕੀਤਾ ਲੋਕਾਂ ਨੇ, ਅਤੇ ਵਾਕਿਆ ਇਹ ਨਗਰੀ ਵੱਸਦੀ ਨਹੀਂ ਸੀ। ਅਤੇ ਜਿਹੜੇ ਉਦੋਂ ਦੇ ਐਸੇ ਲੋਕ ਸਨ ਦੰਬੀ ਪਖੰਡੀ, ਉਹਨਾਂ ਨੇ ਇਹ ਗੱਲ ਫੈਲਾ ਦਿੱਤੀ ਕਿ ਇੱਥੇ ਵੱਸ ਆ ਭੂਤਾਂ ਦਾ, ਤਾਂ ਕਰਕੇ ਇਹ ਨਗਰੀ ਨਹੀਂ ਵੱਸ ਸਕਦੀ ਇੱਥੇ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੋਇੰਦੇ ਨਾਮ ਦੇ ਖੱਤਰੀ ਦੇ ਕੋਲੋਂ ਜ਼ਮੀਨ ਖਰੀਦ ਕੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਇਸ ਥਾਂ ਦੇ ਉੱਤੇ ਇੱਕ ਐਸਾ ਨਗਰ ਵਸਾਵਾਂਗੇ ਜਿੱਥੇ ਰਹਿੰਦੀ ਦੁਨੀਆ ਤੱਕ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਇੱਥੇ ਕੋਈ ਭੂਤ ਪ੍ਰੇਤ ਵੱਸਦਾ। ਅਤੇ ਸੱਚ ਹੈ, ਜਿਉਂ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ, ਅੱਜ ਤੱਕ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਧਰਤੀ ਮਾੜੀ ਹੈ। ਜਿਹੜੀ ਧਰਤੀ ਨੂੰ ਲੋਕਾਂ ਨੇ ਇਹ ਮੰਨ ਕੇ ਦੁਰਕਾਰਿਆ ਹੋਇਆ ਸੀ, ਉਸ 'ਤੇ ਵੱਸਦੇ ਨਹੀਂ ਸਨ। ਸਤਿਗੁਰੂ ਪਾਤਸ਼ਾਹ ਨੇ ਆਪਣਾ ਵਸੇਬਾ ਕੀਤਾ ਅਤੇ ਨਾਲ ਜਦੋਂ ਨਗਰ ਵਸਾਇਆ, ਹਰ ਕਿੱਤੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਲਿਆ ਕੇ ਵਸਾਇਆ, ਉਹਨਾਂ ਦੀ ਮਦਦ ਵੀ ਕੀਤੀ ਉਹਨਾਂ ਦੇ ਕਾਰੋਬਾਰ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਤੂੰ ਹਰ ਥਾਂ 'ਤੇ ਪੂਰਨ ਹੈ, ਕੋਈ ਵੀ ਥਾਂ ਐਸੀ ਨਹੀਂ ਜਿੱਥੇ ਤੇਰਾ ਵਾਸਾ ਨਾ ਹੋਵੇ। ਅਸੀਂ ਹਰ ਥਾਂ 'ਤੇ ਨਹੀਂ ਹੋ ਸਕਦੇ। ਕੋਈ ਵੀ ਸਰੀਰ ਹੈ, ਭਾਵੇਂ ਕੋਈ ਗੁਰੂ ਬਣ ਕੇ ਵਿਚਰਦਾ ਹੋਵੇ ਇਸ ਸੰਸਾਰ ਉੱਤੇ, ਉਹ ਕੇਵਲ ਇੱਕ ਥਾਂ 'ਤੇ ਹੋ ਸਕਦਾ, ਦੂਸਰੀ ਥਾਂ 'ਤੇ ਨਹੀਂ ਹੋ ਸਕਦਾ। ਜੇ ਕੋਈ ਦੇਹਧਾਰੀ ਆਪਣੇ ਡੇਰੇ 'ਚ ਬੈਠਾ ਹੋਇਆ ਆ, ਤਾਂ ਉਹ ਕਿਤੇ ਦੂਰ ਬੈਠੇ ਹੋਏ ਆਪਣੇ ਸੰਗੀ ਦਾ ਉਧਾਰ ਨਹੀਂ ਕਰ ਸਕਦਾ। ਜੇ ਉਹ ਕਿਤੇ ਦੂਰ ਹੈ ਤਾਂ ਉਹ ਆਪਣੇ ਡੇਰੇ ਵਿੱਚ ਨਹੀਂ ਹੋ ਸਕਦਾ। ਪਰ ਰੱਬ ਪਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਰੱਬ ਦੇ ਪਿਆਰੇ ਨੂੰ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਹੀ ਹਾਜ਼ਰ ਨਾਜ਼ਰ ਹੈ, ਉੱਥੇ ਹੀ ਪ੍ਰਤੱਖ ਹੈ, ਉਹ ਕਿਤੇ ਵੀ ਗੈਰ ਹਾਜ਼ਰ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਪੂਰਨ ਗੁਰਦੇਵ ਬਖਸ਼ਿਸ਼ ਕਰਦੇ ਨੇ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ। ਮਾਇਆ ਤੋਂ ਭਾਵ ਹੁੰਦਾ ਕਿਰਪਾ। ਜਿੱਦਾਂ ਤੂੰ ਆਪਣੇ ਪਿਆਰਿਆਂ 'ਤੇ ਕਿਰਪਾ ਕਰਦਾ ਆ, ਸੰਤ ਜਨਾਂ 'ਤੇ ਕਿਰਪਾ ਕਰਦਾ, ਇਸ ਤਰ੍ਹਾਂ ਮੇਰੇ 'ਤੇ ਵੀ ਕਿਰਪਾ ਕਰ, ਮੇਰੇ 'ਤੇ ਵੀ ਆਪਣੀ ਤਰਸ ਵਾਲੀ ਨਿਗਾਹ ਪਾ, ਤਾਂ ਜੋ ਮੇਰਾ ਵੀ ਉਧਾਰ ਹੋ ਜਾਵੇ, ਮੇਰਾ ਵੀ ਪਾਰਵਤਾਰਾ ਹੋ ਜਾਵੇ। ਕਿਉਂਕਿ ਤੂੰ ਕਰ ਸਕਦਾ ਆ, ਤੂੰ ਸਮਰੱਥ ਹੈ ਨਾ। ਇਸ ਕਰਕੇ ਜੇ ਦੂਸਰਿਆਂ 'ਤੇ ਦਇਆ ਕੀਤੀ ਹੋ, ਦੂਸਰਿਆਂ 'ਤੇ ਤਰਸ ਕੀਤਾ ਆ, ਤਾਂ ਮੇਰੇ 'ਤੇ ਵੀ ਤਰਸ ਕਰ।
ਗੁਰਦੇਵ ਬਖਸ਼ਿਸ਼ ਕਰਦੇ ਨੇ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਮੇਰੇ 'ਤੇ ਵੀ ਤਰਸ ਕਰ, ਮੇਰੇ 'ਤੇ ਵੀ ਦਇਆ ਕਰ। ਅਖੀਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਿਉਂ ਦਇਆ ਮੰਗ ਰਹੇ ਨੇ, ਕਿਉਂਕਿ ਸਾਡੇ ਵਾਸਤੇ ਪਰਮਾਤਮਾ ਦੇ ਸਿਮਰਨ ਤੋਂ ਬਗੈਰ, ਪਰਮਾਤਮਾ ਰੱਬ ਜੀ ਦੇ ਆਸਰੇ ਤੋਂ ਬਗੈਰ ਇਸ ਜਗਤ ਵਿੱਚ ਰਹਿਣਾ ਅਤੇ ਭਵਜਲ ਸੰਸਾਰ ਸਾਗਰ ਤੋਂ ਤਰਨਾ ਬੜਾ ਔਖਾ, ਕਿਉਂਕਿ ਰੱਬ ਦੇ ਪਿਆਰਿਆਂ ਦੀ ਨਜ਼ਰ ਵਿੱਚ ਇਹ ਸੰਸਾਰ ਕੀ ਹੈ? ਅੰਧਕੂਪ, ਅੰਨਾ ਖੂਹ। ਜਿਹੜੇ ਖੂਹ ਦੇ ਵਿੱਚ ਬੰਦਾ ਡਿੱਗ ਪਵੇ, ਗਹਿਰਾ ਵੀ ਬੜਾ, ਪਾਣੀ ਵੀ ਇੰਨਾ ਨਹੀਂ ਕਿ ਮਰ ਜਾਵੇ, ਮਰ ਵੀ ਨਹੀਂ ਸਕਦਾ, ਅਤੇ ਬਾਹਰ ਨਿਕਲਣ ਵਾਸਤੇ ਕੋਈ ਲੱਜ ਕੋਈ ਆਸਰਾ ਵੀ ਨਹੀਂ ਹੈ, ਉਹਨੂੰ ਕਹਿੰਦੇ ਅੰਨਾ ਖੂਹ। ਆਵਾਜ਼ ਮਾਰਿਆਂ ਬਾਹਰ ਨਾ ਆਉਂਦੀ ਹੋਵੇ, ਪਾਣੀ ਥੋੜ੍ਹਾ ਹੋਵੇ, ਬੰਦਾ ਮਰ ਵੀ ਨਾ ਸਕਦਾ ਹੋਵੇ, ਅਤੇ ਬਾਹਰ ਨਿਕਲਣ ਵਾਸਤੇ ਰੱਸੀ ਆਦਿ ਬਣਾ ਹੋਵੇ। ਸੰਸਾਰ ਐਸਾ ਅੰਨਾ ਖੂਹ ਆ ਇਹ ਜਿਹੜਾ ਜਗਤ ਆ। ਸਤਿਗੁਰੂ ਕਹਿੰਦੇ ਆ ਕਿ ਅੰਧਕੂਪ ਮਹਾਂ ਭਿਆਨ, ਅਤੇ ਬੜਾ ਜ਼ਿਆਦਾ ਭਿਆਨਕ ਹੈ, ਬੜਾ ਜ਼ਿਆਦਾ ਡਰਾਉਣਾ। ਇਸ ਗੱਲ ਦਾ ਅਹਿਸਾਸ ਉਦੋਂ ਹੁੰਦਾ ਆ ਜਦੋਂ ਅਸੀਂ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਘਿਰ ਜਾਈਏ, ਅਤੇ ਸਾਡੇ ਖਾਸ ਕਰਕੇ ਸਮਾਜਿਕ ਰੁਤਬੇ ਨੂੰ ਢਾਹ ਲੱਗ ਰਹੀ ਹੋਵੇ, ਅਤੇ ਉਦੋਂ ਸਾਡੇ ਵਾਸਤੇ ਹਰ ਸਮਾਜਿਕ ਚਿਹਰਾ ਬੜਾ ਡਰਾਉਣਾ ਬਣ ਜਾਂਦਾ। ਪਤਾ ਨਹੀਂ ਕਿੱਥੋਂ ਕਿੰਨੇ ਕੀ ਗੱਲ ਕਰਦੇ ਨੇ, ਇੱਕ ਸੈਂਸ ਆ, ਇੱਕ ਡਰ ਬਣ ਜਾਂਦਾ। ਉਦੋਂ ਫਿਰ ਸਾਡੇ ਵਾਸਤੇ ਇਹ ਸਮਾਜ ਸੁੰਦਰ ਨਹੀਂ ਰਹਿ ਜਾਂਦਾ, ਸੋਹਣਾ ਨਹੀਂ ਰਹਿ ਜਾਂਦਾ, ਫਿਰ ਸਾਡੇ ਵਾਸਤੇ ਬੜਾ ਭਿਆਨਕ ਬਣ ਜਾਂਦਾ, ਡਰਾਉਣਾ ਬਣ ਜਾਂਦਾ। ਪਤਾ ਨਹੀਂ ਕਿੱਥੇ ਕਿੰਨੇ ਸਾਡਾ ਨੁਕਸਾਨ ਕਰ ਦੇਣਾ, ਕਿੰਨੇ ਸਾਡੀ ਮਾਨਾ ਨਹੀਂ ਕਰ ਦੇਣੀ ਹੈ, ਕਿੰਨੇ ਸਾਡੇ ਬਾਰੇ ਕੋਈ ਐਸੀ ਗੱਲ ਕਰ ਦੇਣੀ ਜਿਹਦੇ ਨਾਲ ਸਾਡੀ ਬਣੀ ਹੋਈ ਸਾਰੀ ਜਾਂਦੀ ਰਹੇ। ਇਸ ਕਰਕੇ ਇਹ ਭਿਆਨਕ ਹੈ। ਸਤਿਗੁਰੂ ਵਚਨ ਬਖਸ਼ਿਸ਼ ਕਰਦੇ ਨਾ ਕਿ ਤਿਤ ਸਰਵਰੜੈ ਭਈ ਦੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕ ਜੋ ਮੋਹ ਪਾਗ ਨਹੀਂ ਚੱਲ ਰਹੇ, ਹਮ ਦੇਖਾ ਤਹਿ ਡੂਬਿਆ ਲੈ। ਭਿਆਨਕ ਹੈ ਇਹ ਭਵਜਲ ਸੰਸਾਰ ਸਾਗਰ। ਇਸ ਵਾਸਤੇ ਜਿੱਥੇ ਅੰਨਾ ਖੂਹ ਹੈ, ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ। ਹੇ ਨਾਨਕ ਜੀ, ਇਹ ਅਰਦਾਸ ਕਰ ਮਾਲਕ ਦੇ ਅੱਗੇ। ਸਤਿਗੁਰੂ ਕਹਿੰਦੇ ਆ ਕਿ ਮਾਲਕ ਅੱਗੇ ਅਰਦਾਸ ਕਰਕੇ ਸਾਨੂੰ ਤੂੰ ਹੀ ਪਾਰ ਉਤਾਰ ਲੈ, ਕਿਉਂਕਿ ਤੂੰ ਹੀ ਪਾਰ ਉਤਾਰ ਸਕਦਾ ਹੈ, ਅਸੀਂ ਇੰਨੀ ਸਮਰੱਥਾ ਦੇ ਮਾਲਕ ਨਹੀਂ, ਪਰ ਤੇਰੇ ਵਿੱਚ ਬੜੀ ਵੱਡੀ ਸਮਰੱਥਾ ਆ, ਕਿਉਂਕਿ ਤੂੰ ਸਮਰੱਥ ਹੈ, ਤੂੰ ਪੂਰਨ ਹੈ, ਤੂੰ ਅਗੰਮ ਹੈ, ਇਸ ਕਰਕੇ ਅਸੀਂ ਤੁਹਾਡੇ ਆਸਰੇ ਤਰ ਸਕਦੇ ਹਾਂ, ਸਾਡੇ 'ਤੇ ਦਇਆ ਕਰੋ, ਕਿਉਂਕਿ ਅਸੀਂ ਬਹੁਤ ਹੀ ਡਰਾਵਣੇ ਅਤੇ ਭਿਆਨਕ ਮਾਹੌਲ ਦੇ ਵਿੱਚ ਜੀਵਨ ਜੀਉ ਰਹੇ ਹਾਂ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਜੋ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ, ਤਾਂ ਹੀ ਸਾਡੇ ਲੋਕ ਸੁਖੀਏ, ਪਰ ਲੋਕ ਸੇਲੇ ਹੋ ਸਕਦੇ ਆ। ਸੋ ਆਓ ਗੁਰੂ ਸਾਰਿਓ, ਅੱਜ ਦੇ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ। ਸਤਿਗੁਰੂ ਪਾਤਸ਼ਾਹ ਰਹਿਮ ਕਰਨ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ